ਉਹ ਖਿਤਾਬ ਕਰ ਸਕਣ। ਉਹਨਾਂ ਤੋਂ ਫੌਰਨ ਬਾਅਦ ਜਨਾਬ ਗੁਰਸੇਵ ਸ਼ਹਿਜ਼ਾਦ ਬੁਖਾਰੀ ਸਾਹਿਬ ਤਸ਼ਰੀਫ ਫਰਮਾ ਹੈ, ਉਹ ਇਨਸ਼ਾਅੱਲਾ ਖਿਤਾਬ ਕਰ ਸਕਣ। ਉਹਨਾਂ ਤੋਂ ਫੌਰਨ ਬਾਅਦ ਜਨਾਬ ਮਲਿਕ ਅਲੀ ਰਜ਼ਾ ਖੋਖਰ ਸਾਹਿਬ, ਉਹਨਾਂ ਤੋਂ ਬਾਅਦ ਜਨਾਬ ਗੁਲਾਮ ਅਬਾਸ ਜੱਫਰ ਸਾਹਿਬ, ਉਹਨਾਂ ਤੋਂ ਬਾਅਦ ਜਨਾਬ ਹਸਨ ਅਬਾਸ ਰੁਕਨ ਸਾਹਿਬ, ਸਾਰੇ ਹਜ਼ਰਾਤ ਇਨਸ਼ਾਅੱਲਾ ਆਪਣੇ ਆਪਣੇ ਵਕਤ 'ਤੇ ਖਿਤਾਬ ਕਰ ਸਕਣ। ਅਤੇ ਸਾਰੇ ਹਜ਼ਰਾਤ ਨੂੰ ਗੁਜ਼ਾਰਿਸ਼ ਹੈ ਨਿਆਜ਼ੇ ਮੌਲਾ ਤਸ਼ਰੀਫ ਰੱਖੋ। ਕੈਸਰ ਸਾਹਿਬ ਦੇ ਵਾਲਿਦ ਮੁਹਤਰਮ ਮਾਰੂਫ ਅਜ਼ਾਦਾਰ ਜਨਾਬ ਮਲਿਕ ਮੁਨੀਰ ਹੁਸੈਨ ਸਾਹਿਬ ਅਲੀ ਲੈਨ, ਮਲਿਕ ਮੋਹਸਿਨ ਸਾਹਿਬ ਰਜੋ ਸਾਦਾਤ ਅਲੀ ਲੈਨ, ਦੁਆ ਕਰੋ ਮੌਲਾ ਸਭ ਬਿਮਾਰ ਨੂੰ ਸ਼ਿਫਾਏ ਕੁੱਲੀ ਅਤਾ ਫਰਮਾਏ। ਸਾਰੇ ਹਜ਼ਰਾਤ ਨੂੰ ਗੁਜ਼ਾਰਿਸ਼ ਹੈ ਬਾਬਾ ਜ਼ਬਲਨ ਸਲਵਾਤ ਪੜ੍ਹ ਦਿਓ। ਯਾ ਸੈਯਦਤ ਨਿਸਾਇਲ ਅਲਮੀਨ, ਯਾ ਇਮਾਮ ਅਲ ਮੁੰਤਜ਼ਰ ਅੱਲ ਜਲ ਸਾਤ ਸਾਤ ਅਦਰਿਕਨੀ ਫੀ ਸਬੀਲਿਲਲਾਹ ਦਸਤੇ ਦੁਆ ਬਰਾਏ ਮਾਰਫਤ ਜ਼ਹੂਰ ਹੁਜਤ ਖੁਦਾ। ਅੱਲਾਹੁਮਾ ਸੱਲਿ ਅਲਾ ਮੁਹੰਮਦ ਵਾ ਆਲ ਮੁਹੰਮਦ। ਅੱਲਾਹੁਮਾ ਕੁੱਲ ਵਲੀ ਕੱਲ ਹੁਜਤ ਇਬਨ ਅਲ ਹਸਨ ਸਲਵਾਤੁਕਾ ਅਲੈਹਿ ਵਾ ਅਲਾ ਆਬਾਇਹਿ ਫੀ ਹਾਜ਼ਿਹਿ ਸਾਅਤ ਵਾ ਫੀ ਕੁੱਲ ਸਾਅਤ ولیم وحافظم وقائدم وناصرم ودلیلم وائنا حتی تسکنہو ورزقہ تون وتمتعو فیہا طویلا یا رب محمد وآل محمد صلی علی محمد وآل محمد یا کاشف الکرب عن وجہ الحسین علیہ السلام اکشف کربی بحق اخیک الحسین علیہ السلام یا باب الحوائج یا حجاب ام المصائب ادرکنی 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 فی سبیل اللہ رب صلی علی محمد و آل محمد و اجل فرجا قائم آل محمد کریم مالک و خالق اللہ بانیان مجلس دے تمام قبول فرما سارے آمین آکھو مالک اللہ جتنے بھی مومنین بعد ساد ذکر ٹر آیا قبول فرما میرے مالک و خالق اللہ سیدت النساء العالمین عالمہ غیر معلمہ صدیقت الکبرا بی بی دے زخمی پاسے دا صدقہ میرے اللہ جتنے بھی مومنین بیمار ہیں میرے ذمے جتنیاں دعاواں ہیں سید سجاد دی رت بھری اکھیاں دا صدقہ شفائے کلی عطا فرما۔ حاضرین مجلس ਜਿਹੜੀ ਜਿਹੜੀ ਜਾਤ ਕੋ ਮੰਨਣ ਵਾਲਾ ਸਾਈਆਂ ਦਾ ਬਿਮਾਰ ਹੈ ਸ਼ਿਫਾਏ ਕੁੱਲੀ ਅਤਾ ਫਰਮਾ। ਸਾਡੇ ਬਾਰਵੇਂ ਆਕਾ ਇਮਾਮ ਉਲ ਅਸਰ ਬਕੀਅਤੁੱਲਾਹ ਉਲ ਆਜ਼ਮ ਦਾ ਜਲ ਜ਼ਹੂਰ ਫਰਮਾ। ਰੱਬੇ ਸੱਲੇ ਅਲਾ ਮੁਹੰਮਦ ਵਾ ਆਲ ਮੁਹੰਮਦ ਵਾ ਅਜਲ ਫਰਜਾ ਕਾਇਮ ਆਲ ਮੁਹੰਮਦ ਦੁਆਵਾਂ ਦੀ ਕਬੂਲੀਅਤ ਵਾਸਤੇ ਬਵਾਜ਼ੇ ਬੁਲੰਦ ਸਲਵਾਤ ਪੜ੍ਹੋ। ਇਹ ਜਿਹੜੇ ਬਚ ਗਏ ਹੋ ਅਗਰ ਨਾਰਾਜ਼ ਨਾ ਹੋਵੋ ਤਾਂ ਨਿਆਜ਼ ਹੁਸੈਨ ਐਵੇਂ ਥੋੜ੍ਹਾ ਥੋੜ੍ਹਾ ਇੱਕ ਇੱਕ ਕਦਮ ਅੱਗੇ ਆ ਜਾਓ। ਜਿਹੜੇ ਜਵਾਨ ਹਨ ਬਜ਼ੁਰਗ ਬੇਸ਼ੱਕ ਬੈਠੇ ਰਹਿਣ ਵੀ ਮਜਲਿਸ ਦਾ ਮਾਹੌਲ ਬਣ ਜਾਵੇ। ਅੱਲਾ ਬੁਖਾਰੀ ਸਾਹਿਬ ਦੀ ਜ਼ਿੰਦਗੀ ਦਰਾਜ਼ ਫਰਮਾਵੇ। ਬਜ਼ੁਰਗ ਸੈਯਦ ਮਾਸ਼ਾਅੱਲਾ ਬੜਾ ਜ਼ਿਕਰ ਹੋਏ। ਸਲਵਾਤ ਪੜ੍ਹੋ ਖਾਨਦਾਨ ਏ ਤਤਹੀਰ ਤੋਂ ਉੱਚ ਆਵਾਜ਼ ਦੇ ਨਾਲ। من الشیطان الرجیم بسم اللہ الرحمن الرحیم صلوات الحمدللہ رب
والصلاه والسلام على من كان نبيا وآدم بين الماء والتين الصلاه والسلام على سيد العرب والعجم مكي المدني الكيل في شانه وما ارسلناك الا رحمه للعالمين برعظمه مصطفى صلوات صلی علی محمد و آل محمد والا سیدت الجلیلت مخدومت المغمومت المحرومت عن حق میراث ابیہا آ سیدت النساء لمین چھٹیاں قیدا لہ گئے دیور میں لکھ بار پڑھا جی میں لکھ بار پڑھنا جج جی نوکر سیدہ بی بی تھوڑی ہے قبول فرماوے میں کوئی سوکی غلط نہیں کیتی تسیں سونی ہے کیتی شالا اسے غم میں چروے آدھا پیا چھٹیاں تینا ڈٹھیاں چھٹیاں قیدا لہ گئے دیور تے تھی پیو تے پتار رہا گئے میں صدقے جاواں گھن زخمی ماواں پھپیاں کوشا بھین دی قبر تے جی میں لکھ بار پڑھ دا میں صدقے جاواں جی چاچا میں نوکر میں لکھ بار پڑھ دا پاک سیدہ تیری ہائے قبول فرماوے صلی سے غم میں چروے بھائی جان حسین دی ماں سوائے غم حسین دے کوئی غم نہ دے وے آدھا بیاں چھٹیاں قیدا لہ گئے زیور تے تھی پیو تے پتار رہا گھنا زخمی ماوا پھپیاں کوشا بھین دی قبر تے چاچو جی اسلم بھائی میں لکھ بار پڑھا ایک جملہ تیری نظر کرا ہائے گھر گھروں والے لے آزادار کوئی لکی چھپی گل نہیں صرف ایک جملہ میں با بزرگاں دے نظر کرنے میرے بعد میرے تو پڑھن والے ڈھیر چنگے بیٹھن بھائی جان ایک جملہ مدت دے بعد پیو پتر ایک رسی تو جدا ہوئے میں صدقے گھن زخمی ماوا پھوپیاں میں صدقے جاؤں میں لکھ وار پڑھدا بھائی جان
ਪਹਿਲਾ ਵੈਣ ਕੀਤਾ ਸੈਯਦ ਸਜਾਦ, ਭੈਣ ਦੀ ਕਬਰ ਨੂੰ ਹਾਂ ਨਾ ਲਾ ਕੇ ਹਕਲਾ ਮਾਰ ਕੇ ਰਾਤ ਰੋਵਣ ਲੱਗੇ ਦੀ ਮਾਮਾ ਲੈ ਸਕੀਨਾ ਨੇਤਾ ਦੀਆਂ ਕਦਾਂ ਤਾਂ ਸਾਡੀਆਂ ਹੀ ਕੈਦਾਂ ਮੁੱਕ ਸਨ, ਆਵੇ ਬਿਰਾ ਦੇ ਹੱਥ ਆਜ਼ਾਦ ਹੋ ਗਏ ਨੀ, ਮੈਨੂੰ ਰਿਹਾਈ ਮਿਲ ਗਈ। ਜਦਾਂ ਭੈਣ ਦੇ ਨਾਲ ਇਹ ਗੱਲ ਕੀਤੀ ਹੈ ਜਿਤਨੇ ਸੈਯਦ ਬੈਠੇ ਜਾਂ ਹੁਣ ਤਾਈਂ ਹਾਏ ਨੀ ਕਰ ਸਕੇ, ਨਿਆਜ਼ ਹੁਸੈਨ ਵੇਖਣ ਮੇਰੇ ਵਾਲੇ ਪਾਸੇ ਸੋਹਣੀ ਆਏ ਬੈਠੇ ਕਰਦੇ ਹੋ, ਭੈਣ ਦੀ ਕਬਰ ਹਲ ਗਈ ਹੈ ਤੇ ਬਿਰਾ ਦੇ ਮੁਖਾ ਤੇ ਬੋਈਏ ਵੈਣ ਕਰਕੇ ਆਦੀਏ ਮਕਤੂਲ ਦਮਿਸ਼ਕ ਦੇ ਮੋੜਾ ਦਾ ਤੇ ਇਸਲਾਮ ਦੀ ਸਜਦਾ ਗਾਏ, ਬੀਬੀਆਂ ਦੀ ਤੇਰੀ ਭੈਣ ਜਵਾ ਮੈਂ ਖੁਸ਼ ਥਈਆਂ ਤੇ ਕੁੰਦੇਕ ਕਬੀਰ ਰਿਹਾ ਹੈ ਬੀਬੀਆਂ ਦੀ ਸ਼ਾਮਦੇ ਖੂਨੀ ਸ਼ਹਿਰ ਦੇ ਵਿੱਚ ਤੇ ਮੈਂ ਰਹਿ ਗਈਆਂ ਤਨਾ ਕਰਦਾਵੇ ਜੁਮਲਾ ਕਾ ਬੀਬੀਆ ਦੀਏ ਆਖੀ ਵਲੇ ਸ਼ਾਮ ਦੇ ਆਕੇ ਮਕੂਮ ਦੀ ਕਬਰ ਤੇ ਸਿਮਰਨਾ। ਮੈਂ ਸਦਕੇ ਜਾਵਾਂ ਮੇਰੇ ਵਤਨ ਦੇ ਸ਼ਰੀਫ ਅਜ਼ਾਦਾਰ, ਮੈਂ ਲੱਖ ਵਾਰ ਪੜ੍ਹਦਾ ਚਾਚਾ ਜੀ, ਮੈਂ ਨੌਕਰ ਹਾਂ ਸੈਯਦ ਆਦਾ, ਲੱਖ ਵਾਰ ਪੜ੍ਹਦਾ ਮੇਰੀ ਮਜਾਲ, ਮੈਂ ਤੁਹਾਨੂੰ ਦੱਸਦਾ ਬਿਰਾ ਜਿਤਨਾ ਗਰੀਬ ਹੋਵੇ ਭੈਣ ਜਿਤਨੀ ਫਰਦੀ ਹੋਵੇ, ਬਿਰਾ ਗਰੀਬ ਹੋਵੇ ਭੈਣ ਕਰੋੜਪਤੀ ਹੋਵੇ, ਮੁੱਦਤ ਦੇ ਬਾਅਦ ਇੱਕ ਮਹੀਨੇ ਦੇ ਬਾਅਦ ਪੰਦਰਾਂ ਦਿਨਾਂ ਦੇ ਬਾਅਦ ਜਾਂ ਹਫ਼ਤੇ ਦੇ ਬਾਅਦ ਬਿਰਾ ਜਦੋਂ ਭੈਣ ਨੂੰ ਮਿਲਣ ਆਉਂਦਾ ਹੈ ਕਈ ਸ਼ੈ ਜ਼ਰੂਰ ਖੇਲਾਂ ਦੇ ਬਾਈ ਜਾਨ ਜੁਮਲੇ ਤੇ ਗੌਰ ਕਰੇ, ਇਬਾਦਤ ਪੂਰੀ ਹੋ ਗਈ, ਚਾਰਾਂ ਸੂ ਆ ਗਏ, ਇਸ ਤੋਂ ਵੱਧ ਮੇਰੇ ਕੋਲ ਮਸਾਇਬ ਹੈ ਕੋਈ ਨਾ, ਨਾ ਮੈਂ ਪੜ੍ਹ ਸਕਦਾ। ਸੈਯਦ ਸਜਾਦ ਭੈਣ ਨੂੰ ਮਿਲਣਾ ਹੈ, ਭੈਣ ਵਾਸਤੇ ਕਿਹੜੀ ਸ਼ੈ ਕਹਿਣਾ ਹੈ, ਕਰੋ ਸਵਾਲ ਕੈਸਰ ਅਬਾਸ ਕੀ ਕਹਿਣਾ ਹੈ, ਵੈਣ ਕਰਦਾ ਹੈ ਤੇ ਰੋ ਕੇ ਆਦਾ ਹੈ ਤੇਰੇ ਤੁਰ ਮੈਂ ਸ਼ਿਮਰ ਤੂੰ ਕਹਿਣਾ ਹੈ ਤੇ ਮੇਰੇ ਦਰਦਾਂ ਦੀ ਭਾਈ ਵਾਲੇ ਸੈਯਦ ਆਦਾ ਹਰ ਦੁੱਖ ਸੁੱਖ ਵਿੱਚ ਮੇਰੇ ਨਾਲ ਰਹੀਏ ਤੇਰਾ ਆਬਦ ਸ਼ੁਕਰ ਗੁਜ਼ਾਰੇ ਆਦਾ ਮਿਲ ਲੈ ਬੱਚਿਆ ਸਜਣਾ ਖੂ ਤੇ ਥੇ ਬੈਠੇ ਨੀ ਵਤਾਨ ਤਿਆਰ ਰੋਂਦਾ ਏ ਤੇ ਵੈਣ ਕਰਕੇ ਆਦਾ ਵਤ ਕੌਣ ਸੀ। ਮੈਂ ਸਦਕੇ ਤੇਰੀ ਕਬਰ ਉੱਤੇ ਮਿਲ ਗਿਆ ਖਰੀ ਬਾਈ ਜਾਨ, ਭੈਣ ਦੀ ਕਬਰ ਹਲ ਗਈ ਔਰ ਵੜਾ ਲਓ ਸੈਯਦ ਸਜਾ ਦੁੱਖੇ ਵੈਣ ਕੀਤੇ ਅਲੀ ਦੀਆਂ ਧੀਆਂ ਪੱਥਰਾਂ ਦਾ ਮਾਤਮ ਕੀਤਾ ਆਖਰੀ ਵੈਣ ਜਦਾਂ ਆਖਿਆ ਮਿਲ ਲਏ ਮੈਂ ਤੇਰੇ ਤੁਰ ਸ਼ਿਮਰ ਤੂੰ ਲੈ ਆਇਆ ਮੇਰੀ ਸ਼ੈਣ ਦੀ ਕਬਰ ਹਲ ਗਈ ਹੈ ਹਕਲਾ ਮਾਰ ਕੇ ਆਦੀ ਹੈ ਬਾਕਰ ਦਾ ਲੱਖ ਹੋਵੀ ਉਹ ਮੇਰਾ ਕੈਦੀ ਬਿਰਾ ਉਹ ਮੇਰਾ ਮੁਹਾਰੀ ਬਿਰਾ ਮੇਰਾ ਕਹਿ ਨੂੰ ਕੁਝ ਨਾ ਆਖਣ ਲਾ ਬਿਰਾ
ਵੇ